avoni seyorani de anvada ਕਹਿੰਦੇ ਨੇ ਕਿ ਵਿਅਕਤੀ ਦੇ ਮਨ ਦੇ ਵਿੱਚ ਜੇ ਕੁਝ ਕਰਨ ਦੀ ਚਾਹ ਹੋਵੇ ਤਾਂ ਇੱਕ ਦਿਨ ਵਿਅਕਤੀ ਉਸ ਮੁਕਾਮ ਨੂੰ ਹਾਸਲ ਕਰ ਹੀ ਲੈਂਦਾ ਹੈ। ਅੱਜ ਅਸੀਂ ਤੁਹਾਨੂੰ ਜਿਸ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਾਂ, ਬਚਪਨ ਤੋਂ ਹੀ ਉਸਨੇ ਇੱਕ ਚੰਗਾ ਗਾਇਕ ਬਣਨ ਦਾ ਸੁਪਨਾ ਵੇਖਿਆ ਅਤੇ ਅੱਜ ਆਪਣੀ ਕੜੀ ਮਿਹਨਤ ਦੇ ਨਾਲ ਉਸ ਸੁਪਨੇ ਨੂੰ ਸਾਕਾਰ ਕਰਨ ਦੇ ਉੱਤੇ ਲੱਗਿਆ ਹੋਇਆ ਹੈ। ਮੇਰੇ ਨਾਲ ਰੋਹਿਤ ਜਸਵਾਲੀ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਜਾਣਾਂਗੇ ਕਿ ਉਹਨਾਂ ਨੇ ਹੁਣ ਤੱਕ ਕੀ ਅਚੀਵ ਕੀਤਾ ਅਤੇ ਗਾਇਕੀ ਦੇ ਖੇਤਰ ਵਿੱਚ ਕੀ ਕਰਨਾ ਚਾਹੁੰਦੇ ਨੇ। ਰੋਹਿਤ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਜੀ, ਸਤਿ ਸ਼੍ਰੀ ਅਕਾਲ ਜੀ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ। ਰੋਹਿਤ ਜੀ, ਸਭ ਤੋਂ ਪਹਿਲਾਂ ਕਿਉਂਕਿ ਗਾਇਕੀ ਦਾ ਖੇਤਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਕੁਝ ਪਤਾ ਹੋਵੇ ਕਿਸ ਲੈਵਲ ਦਾ, ਕਿਸ ਮੁਕਾਮ ਦਾ ਤੁਸੀਂ ਗਾਉਂਦੇ ਹੋ, ਥੋੜ੍ਹਾ ਜਿਹਾ ਕੁਝ ਗਾ ਕੇ ਸ਼ੁਰੂਆਤ ਕਰੀਏ ਅਸੀਂ ਇੰਟਰਵਿਊ ਦੀ। ਪਰਦੇਸ ਗਏ ਪਰਦੇਸੀ ਹੋਇਆ ਤੇ ਤੇਰੀਆਂ ਨਿੱਤ ਵਤਨਾ ਦੇ ਲੋੜਾਂ ਕਮਲੀ ਕਰੀ ਕੇ ਮੈਨੂੰ ਛੱਡ ਗਏ ਤੇ ਬੈਠੀ ਕੱਖ ਗਲੀਆਂ ਦੇ ਫੋਲਾਂ ਵੇ ਮੈਂ ਕੱਲਿਆਂ ਬਹਿ ਕੇ ਤੇਰਾ ਨਾਂ ਲੈ ਕੇ ਹਾਏ ਕਮਲੀ ਹੋ ਗਈ ਤੇਰੇ ਦੁੱਖ ਸਹਿ ਸਹਿ ਕੇ ਅੱਗ ਇਸ਼ਕ ਦੀ ਤਨ ਮਨ ਫੂਕ ਦੀ ਜਿੰਦ ਮੇਰੀ ਮਾਹੀ ਮਾਹੀ ਕੂਕ ਦੀ ਹੋ ਜਿੰਦ ਮੇਰੀ ਹੋ ਮਾਹੀ ਮਾਹੀ ਕੂਕ ਦੀ। ਬਹੁਤ ਵਧੀਆ ਆਵਾਜ਼ ਤੁਹਾਡੀ ਰੋਹਿਤ ਜੀ। ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਸ਼ੁਰੂਆਤ ਗਾਇਕੀ ਦੀ ਕਿੱਥੋਂ ਹੋਈ, ਕਦੋਂ ਕਿਸ ਉਮਰ ਦੇ ਵਿੱਚ ਤੁਸੀਂ ਗਾਣਾ ਸ਼ੁਰੂ ਕੀਤਾ? ਜੀ, ਮੇਰੀ ਗਾਇਕੀ ਦੀ ਸ਼ੁਰੂਆਤ ਤਾਂ ਵੈਸੇ ਬਚਪਨ ਤੋਂ ਹੋਈ ਹੈ, ਕਿਉਂਕਿ ਸਾਡਾ ਮਤਲਬ ਆਪਣਾ ਘਰਾਨਾ, ਸਾਡਾ ਖਾਨਦਾਨ, ਮੇਰੇ ਦਾਦਾ ਜੀ ਵੀ, ਮੇਰੇ ਵੱਡੇ ਡੈਡੀ ਜੀ ਜਿਨ੍ਹਾਂ ਤੋਂ ਮੈਂ ਸੰਗੀਤ ਦੀ ਤਾਲੀਮ ਲਈ, ਔਰ ਸੰਗੀਤ ਸਾਡਾ ਮਤਲਬ ਵਿਰਾਸਤ ਵਿੱਚ ਹੀ ਹੈ, ਸਾਡੇ ਖੂਨ ਦੇ ਵਿੱਚ ਹੀ ਸੰਗੀਤ ਹੈ। ਮੇਰੇ ਸਾਰੇ ਜਿੰਨਾ ਵੀ ਪਰਿਵਾਰ ਹੈ ਉਹ ਸਾਰਾ ਸੰਗੀਤ ਦੇ ਨਾਲ ਜੁੜਿਆ ਹੋਇਆ, ਅਤੇ ਮੈਂ ਸੰਗੀਤ ਦੀ ਤਾਲੀਮ ਜਿਹੜੀ ਘਰ ਤੋਂ ਲਈ ਹੈ, ਅਤੇ ਬਚਪਨ ਤੋਂ ਹੀ ਮੈਂ ਸਿੱਖਦਾ ਆ ਰਿਹਾ ਮਿਊਜ਼ਿਕ। ਉਮਰ ਕੀ ਸੀ ਉਸ ਵੇਲੇ ਜਦੋਂ ਤੁਸੀਂ ਪਹਿਲਾਂ ਗਾਇਕੀ ਦੇ ਖੇਤਰ ਨੂੰ ਅਪਣਾਇਆ? ਉਮਰ ਮਤਲਬ ਮੈਂ ਛੋਟਾ ਜਿਹਾ ਸੀ, ਅਤੇ ਮਤਲਬ ਮੇਰੇ ਵੱਡੇ ਡੈਡੀ ਜੀ ਨੇ ਮੈਨੂੰ ਸਿਖਾਉਣਾ ਸ਼ੁਰੂ ਕੀਤਾ। ਮਤਲਬ ਮੈਂ ਕੋਈ 5-6 ਸਾਲ ਦਾ ਸੀ, ਅਤੇ ਉਹਨਾਂ ਨੇ ਮੇਰੇ ਹਾਰਮੋਨੀਅਮ 'ਤੇ ਹੱਥ ਰਖਾ ਦਿੱਤੇ ਸੀ, ਅਤੇ ਉਹਨਾਂ ਨੇ ਮੈਨੂੰ ਸੰਗੀਤ ਦੀ ਤਾਲੀਮ ਦਿੱਤੀ ਹੈ। ਬਾਕੀ ਘਰ ਤੋਂ ਹੀ ਮਤਲਬ ਸਿੱਖਿਆ, ਜਿੰਨਾ ਵੀ ਸਿੱਖਿਆ ਸਾਰਾ। ਅਸੀਂ ਪਠਾਨਕੋਟ ਦੀ ਗੱਲ ਕਰੀਏ, ਪਠਾਨਕੋਟ
ਇੱਕ ਛੋਟਾ ਜਿਹਾ ਸ਼ਹਿਰ ਗਿਣਿਆ ਜਾਂਦਾ ਹੈ, ਲੇਕਿਨ ਕਲਾਕਾਰਾਂ ਦੀ ਜੇਕਰ ਗੱਲ ਕਰੀਏ ਤਾਂ ਵੱਡੇ ਕਲਾਕਾਰ ਇਸ ਸ਼ਹਿਰ ਦੇ ਵਿੱਚੋਂ ਹੀ ਨਿਕਲ ਕੇ ਗਏ ਹੈ। ਪਠਾਨਕੋਟ ਦੇ ਵਿੱਚ ਉਹ ਸਾਰੀਆਂ ਜੋ ਇੱਕ ਗਾਇਕ ਨੂੰ ਜਿਵੇਂ ਸਟੂਡੀਓ ਹੋਵੇ ਜਾਂ ਕੋਈ ਇਹ ਚੀਜ਼ਾਂ, ਇਹ ਸਾਰੀਆਂ ਚੀਜ਼ਾਂ ਮਿਲ ਪਾਉਂਦੀਆਂ ਕਿ ਨਹੀਂ ਮਿਲ ਪਾਉਂਦੀਆਂ? ਨਹੀਂ, ਵੈਸੇ ਤਾਂ ਕਾਫੀ ਸਾਰੇ ਸਟੂਡੀਓਜ਼ ਨੇ, ਪਰ ਮਤਲਬ ਕਿ ਇਹ ਆਪਣੀ ਆਪਣੀ ਚੁਆਇਸ ਹੈ ਕਿ ਮਤਲਬ ਕਿੰਨੇ ਕਿੱਥੋਂ ਗਾਣਾ ਰਿਕਾਰਡ ਕਰਨਾ, ਇਹ ਆਪਣੇ 'ਤੇ ਡਿਪੈਂਡ ਕਰਦਾ। ਬਾਕੀ ਕਾਫੀ ਅੱਛੇ ਅੱਛੇ ਸਿੰਗਰ ਨੇ ਸਾਡੇ ਪਠਾਨਕੋਟ ਦੇ ਵਿੱਚ ਹੀ, ਅਤੇ ਮੈਂ ਵੀ ਆਪਣੇ ਆਪ ਨੂੰ ਅੱਛਾ ਨਹੀਂ ਵੈਸੇ ਕਹਿ ਸਕਦਾ, ਪਰ ਚਲੋ ਕੋਸ਼ਿਸ਼ ਕਰਦੇ ਪਏ ਹਾਂ। ਬਾਕੀ ਅਸੀਂ ਸੁਣਿਆ ਤੁਹਾਡੇ ਬਾਰੇ ਕਈ ਮੁਕਾਬਲਿਆਂ ਦੇ ਵਿੱਚ ਵੀ ਤੁਸੀਂ ਹਿੱਸਾ ਲਿਆ, ਕਈ ਵੱਡੇ ਮੁਕਾਬਲੇ ਜਾਂ ਕਈ ਵੱਡੇ ਮੰਚਾਂ ਉੱਤੇ ਗਾਇਆ। ਜੀ ਜੀ, ਕਿਹੜੇ ਅਜਿਹੇ ਮੁਕਾਬਲੇ ਸੀ ਜਿੱਥੋਂ ਤੁਸੀਂ ਪਾਰਟਿਸਪੇਟ ਕੀਤਾ ਅਤੇ ਉੱਥੋਂ ਜਿੱਤ ਵੀ ਪ੍ਰਾਪਤ ਹੋਈ ਤੁਹਾਨੂੰ? ਜੀ, ਪਹਿਲਾਂ ਤਾਂ ਮੈਂ ਆਪਣੇ ਸਕੂਲ ਦੇ ਵਿੱਚ ਹੀ ਕਾਫੀ ਸਾਰੇ ਕੰਪੀਟੀਸ਼ਨ ਕੀਤੇ, ਫਿਰ ਇਸ ਤੋਂ ਬਾਅਦ ਸਕੂਲ ਦੇ ਵਿੱਚ ਮੈਂ ਡਿਸਟ੍ਰਿਕਟ ਲੈਵਲ 'ਤੇ ਕੀਤਾ ਸੀ ਪਠਾਨਕੋਟ, ਉੱਥੋਂ ਵੀ ਮਤਲਬ ਮੈਂ ਵਿਨ ਕੀਤਾ। ਫਿਰ ਉਸ ਤੋਂ ਬਾਅਦ ਮੈਂ 10th ਕਲਾਸ 'ਚ ਸੀ ਅਤੇ ਉਦੋਂ ਮੈਂ ਇੱਕ ਸ਼ੋਅ ਆਉਂਦਾ ਕਿਸਮੇ ਕਿਤਨਾ ਹਿਦਮ, ਉਹਦੇ 'ਚ ਪਾਰਟੀਸਪੇਟ ਕੀਤਾ ਸੀਜ਼ਨ 3 ਦੇ ਵਿੱਚ, ਅਤੇ ਉਹਦੇ 'ਚ ਵੀ ਮੈਂ ਵਿਨ ਕੀਤਾ। ਅਤੇ ਹੁਣ ਮੈਂ ਵੋਇਸ ਆਫ ਪੰਜਾਬ ਜਿਹੜਾ ਰਿਐਲਿਟੀ ਸ਼ੋਅ ਚੱਲਦਾ ਸੀਜ਼ਨ 14 ਦੇ ਵਿੱਚ, ਉੱਥੇ ਮੈਂ ਟੋਪ 6 ਫਾਈਨਲਿਸਟ ਮੇਰੀ ਪੋਜੀਸ਼ਨ ਆਈ ਹੈ। ਕਿਸ ਤਰ੍ਹਾਂ ਦੀ ਗਾਇਕੀ ਰੋਹਿਤ ਕਰਦਾ ਹੈ, ਕਿ ਸੂਫੀ ਗਾਇਕੀ ਹੀ ਕਰਦੇ ਆ ਜਾਂ ਹੋਰ ਤਰ੍ਹਾਂ ਦੀ ਤੁਸੀਂ ਗਾ? ਜੀ ਜੀ, ਮੈਨੂੰ ਤਾਂ ਵੈਸੇ ਜ਼ਿਆਦਾ ਸੂਫੀ ਦਾ ਹੀ ਮਤਲਬ, ਮੈਨੂੰ ਸੂਫੀ ਗਾਇਕੀ ਨਾਲ ਮੈਂ ਕਾਫੀ ਜੁੜਿਆ ਹੋਇਆ ਔਰ ਮੈਨੂੰ ਕਾਫੀ ਜ਼ਿਆਦਾ ਹੱਦ ਤੱਕ ਪਸੰਦ ਹੈ, ਔਰ ਮੇਰੇ ਆਈਡਲ ਵੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ, ਔਰ ਕਾਫੀ ਜ਼ਿਆਦਾ ਸੂਫੀ ਸਿੰਗਰਾਂ ਨੂੰ ਮੈਂ ਸੁਣਦਾ ਰਹਿੰਦਾ, ਔਰ ਸੂਫੀ ਮਤਲਬ ਸੰਗੀਤ ਦੇ ਨਾਲ ਮੈਨੂੰ ਕਾਫੀ ਜ਼ਿਆਦਾ ਪਿਆਰ ਹੈ। ਅਸੀਂ ਕਈ ਵਾਰ ਦੇਖਦੇ ਹਾਂ ਕਿ ਮਾਪੇ ਕਹਿੰਦੇ, ਕਿਉਂਕਿ ਜਦੋਂ ਬੱਚਾ ਜਵਾਨ ਹੋ ਜਾਂਦਾ ਮਾਂ ਪਿਓ ਦੀ ਆਸ ਹੁੰਦੀ ਹੈ ਕਿ ਕਿਸੇ ਚੰਗੀ ਮੁਕਾਮ 'ਤੇ ਪਹੁੰਚ ਜਾਵੇ ਜਾਂ ਕੋਈ ਰੁਜ਼ਗਾਰ ਕਰੇ ਸਾਡੇ ਨਾਲ ਹੱਥ ਵਟਾਏ। ਜੀ, ਤੁਹਾਡੇ ਇਸ ਗਾਇਕੀ ਦੇ ਖੇਤਰ ਵਿੱਚ ਮਾਪਿਆਂ ਦਾ ਕਿਵੇਂ ਦਾ ਸਹਿਯੋਗ ਰਹਿੰਦਾ? ਬਹੁਤ ਸਹਿਯੋਗ ਹੈ, ਮੇਰੇ ਡੈਡੀ ਜੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ, ਉਹ ਬਸ ਇਹੀ ਕਹਿੰਦੇ ਕਿ ਪਿੱਛੇ ਮੁੜ ਕੇ ਨਾ ਦੇਖੀ, ਔਰ ਮੇਰੇ ਘਰ ਦੇ ਮੇਰੀ ਫੈਮਿਲੀ ਸਾਰੇ ਮੈਨੂੰ ਸਪੋਰਟ ਕਰਦੇ ਆ, ਔਰ ਮੇਰੇ ਡੈਡੀ ਜੀ ਦੀ ਮੰਮੀ ਜੀ ਮਤਲਬ ਕਿ ਮੈਨੂੰ ਕੋਈ ਕਮੀ ਨਹੀਂ ਆਉਣ ਦਿੰਦੇ, ਬਸ ਇਹੀ ਕਹਿੰਦੇ ਕਿ ਤੂੰ ਆਪਣਾ ਕੰਮ ਕਰ, ਬਸ ਅੱਖਾਂ ਮੀਟ ਕੇ ਕਰੀ ਜਾ, ਅਸੀਂ ਤੇਰੇ ਨਾਲ। ਜਦ ਬੰਦਾ ਮਨ ਦੇ ਵਿੱਚ ਇੱਕ ਸੁਪਨਾ ਲੈ ਲੈਂਦਾ ਕਿ ਇਸ ਥਾਂ ਦੇ ਉੱਤੇ ਮੈਂ ਜਾਵਾਂ ਜਾਂ ਇਸ ਜਗ੍ਹਾ ਨੂੰ ਮੈਂ ਹਾਸਲ ਕਰਾਂ, ਰੋਹਿਤ ਦੇ ਮਨ ਦੇ ਵਿੱਚ ਕੀ ਹੈ ਗਾਇਕੀ ਦੇ ਖੇਤਰ ਨੂੰ ਲੈ ਕੇ? ਕਿੱਥੋਂ ਤੱਕ ਆਪਣੇ ਆਪ ਨੂੰ ਦੇਖਦੇ ਆ, ਕਿੱਥੋਂ ਤੱਕ ਜਾਣਾ ਚਾਹੁੰਦੇ? ਦੇਖੋ, ਜਿਹੜੀ ਆਸ ਹੈ ਉਹ ਤਾਂ ਸਾਰੀ ਜ਼ਿੰਦਗੀ ਨਹੀਂ ਮੁੱਕ ਸਕਦੀ, ਔਰ ਵੈਸੇ ਮੇਰਾ ਇਹੀ ਹੈ ਕਿ ਮੈਂ ਇੱਕ ਸੂਫੀ ਸਿੰਗਰ ਬਣਾ, ਇਹ ਦੁਨੀਆ ਮੈਨੂੰ ਸੁਣੇ, ਮਤਲਬ ਬਸ ਇੰਨੀ ਕੀ ਆਸ ਹੀ ਹੈ। ਬਾਕੀ ਮੈਂ ਇੱਕ ਅੱਛਾ ਸਿੰਗਰ ਬਣਾ ਤਾਂ ਕਿ ਮੇਰੇ ਡੈਡੀ ਜੀ ਮਾਂ ਪਿਓ ਮਤਲਬ ਸੀਨਾ ਚੌੜਾ ਕਰਕੇ ਕਹਿ ਸਕਣ ਕਿ ਇਹ ਮੇਰਾ ਪੁੱਤਰ ਗਾ ਰਿਹਾ, ਬੇਟਾ ਗਾ ਰਿਹਾ ਸਟੇਜ 'ਤੇ, ਇਹੀ ਮੇਰਾ ਸੁਪਨਾ ਹੈ ਬਸ। ਅਸੀਂ ਦੇਖਦੇ ਕਿ ਸੁਣਨ ਦੇ ਵਿੱਚ ਆਇਆ ਸੀ ਜਦ ਤੁਸੀਂ ਮੁਕਾਮ ਹਾਸਲ ਕੀਤੇ ਹੈ ਆਪਣੇ ਵਾਪਸ, ਜਦੋਂ ਆਪਣੇ ਪਿੰਡ ਆਏ, ਪਿੰਡ ਦੇ ਲੋਕਾਂ ਦਾ ਜਾਂ ਆਪਣੇ ਇਲਾਕੇ ਦੇ ਲੋਕਾਂ ਦਾ ਕਿਵੇਂ ਦਾ ਪਿਆਰ ਮਿਲਿਆ? ਜੀ, ਕਾਫੀ ਜ਼ਿਆਦਾ ਉਹ ਮੈਂ ਸ਼ੋਅ ਜਦੋਂ ਵੋਇਸ ਆਫ ਪੰਜਾਬ 'ਚੋਂ ਆਇਆ ਵਾਪਸ, ਅਤੇ ਮੇਰੇ ਪਿੰਡ ਵਾਲਿਆਂ ਨੇ, ਮੇਰੇ ਪਰਿਵਾਰ ਨੇ ਔਰ ਦੋਸਤਾਂ ਨੇ ਮੇਰਾ ਵੈਲਕਮ ਕੀਤਾ ਬੜੇ ਹੀ ਅੱਛੇ ਤਰੀਕੇ ਨਾਲ, ਉਹਨਾਂ ਨੇ ਰੈਲੀ ਕੀਤੀ ਔਰ ਸਾਡੇ ਇਲਾਕੇ ਦੇ ਕੈਬਨਿਟ ਮੰਤਰੀ ਜੀ ਲਾਲ ਚੰਦ ਜੀ ਉਹ ਵੀ ਉੱਥੇ ਤਸ਼ਰੀਫ ਫਰਮਾਏ, ਉਹਨਾਂ ਨੇ ਵੀ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ, ਔਰ ਹੋਰ ਵੀ ਸਾਡੇ ਇਲਾਕੇ ਦੀਆਂ ਹਸਤੀਆਂ, ਸਾਡੇ ਸਮਾਜ ਸੇਵਕ, ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਗਗਨ ਵਿਧੂ ਜੀ ਉਹ ਵੀ ਇੱਥੇ ਮੌਕੇ 'ਤੇ ਆਏ, ਉਹਨਾਂ ਨੇ ਵੀ ਕਾਫੀ ਸਾਰਾ ਪਿਆਰ ਦਿੱਤਾ ਮੈਨੂੰ। ਕੁਝ ਕਹਿਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ? ਅਸੀਂ ਦੇਖਦੇ ਹਾਂ ਕਿ ਨੌਜਵਾਨ ਜ਼ੋਰ ਲਗਾਉਂਦਾ ਫਾਈਨੈਂਸ਼ਲੀ ਤੌਰ 'ਤੇ ਜਾਂ ਕਈ ਚੀਜ਼ਾਂ ਤੋਂ ਰਹਿ ਜਾਂਦਾ, ਫਿਰ ਛੱਡ ਜਾਂਦਾ ਹੈ ਸਾਰੀਆਂ ਚੀਜ਼ਾਂ ਨੂੰ, ਉਹ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ? ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਉਹ ਜਿਸ ਵੀ ਲਾਈਨ ਦੇ ਵਿੱਚ ਨੇ, ਅਗਰ ਤਾਂ ਉਹ ਲਾਈਨ ਅੱਛੀ ਹੈ ਤਾਂ ਉਹਨਾਂ ਨੂੰ ਮਤਲਬ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ, ਮਿਹਨਤ ਆਪਣੀ ਜਾਰੀ ਰੱਖਣੀ ਚਾਹੀਦੀ ਹੈ, ਔਰ
ਬੁਰੇ ਕੰਮਾਂ ਤੋਂ ਬਚ ਕੇ ਰਹਿਣਾ ਚਾਹੀਦਾ, ਜਿੱਦਾਂ ਕਿ ਨਸ਼ੇ, ਕਾਫੀ ਮਤਲਬ ਨੌਜਵਾਨ ਪੀੜ੍ਹੀ ਜਿਹੜੀ ਉਹ ਨਸ਼ੇ ਦੇ ਵਿੱਚ ਜਾ ਰਹੀ ਹੈ, ਉਹਨਾਂ ਤੋਂ ਮਤਲਬ ਬਚ ਕੇ ਅੱਛੇ ਕੰਮ ਕਰਨੇ ਚਾਹੀਦੇ ਆ। ਜੀ ਅਸੀਂ ਦੇਖਦੇ ਕਿ ਜਦੋਂ ਪਲੇਬੈਕ ਸਿੰਗਰ ਜਾਂ ਬੜਾ ਸਟਰਗਲ ਵੀ ਕਰਦਾ ਕਈ ਵਾਰੀ ਵਿਅਕਤੀ ਸਟਾਰਟਿੰਗ ਸਟਾਰਟਿੰਗ ਦੇ ਵਿੱਚੋਂ, ਅੱਜ ਕੱਲ੍ਹ ਅਸੀਂ ਦੇਖਦੇ ਹਾਂ ਗਾਇਕ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਲਈ ਕਈ ਅਜਿਹੇ ਗਾਣੇ ਚੂਜ਼ ਕਰ ਲੈਂਦੇ ਆ ਜਿਵੇਂ ਹਥਿਆਰਾਂ ਦੇ ਹੋ ਗਏ ਜਾਂ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਵੀ ਹੋ ਗਏ ਆ, ਕਿ ਰੋਹਿਤ ਨੂੰ ਅਗਰ ਸਟਾਰਟ ਦੇ ਵਿੱਚ ਅਜਿਹੇ ਕੁਛ ਇਵੈਂਟ ਮਿਲਣ ਜਾਂ ਕੁਛ ਅਜਿਹੇ ਮਿਲੇ ਕਿ ਤੁਸੀਂ ਕਰੋਗੇ? ਨਹੀਂ, ਈਵੈਂਟਸ 'ਤੇ ਮੈਂ ਮਤਲਬ ਕਰੂੰਗਾ, ਪਰ ਮਤਲਬ ਇੱਦਾਂ ਦੇ ਗਾਣਿਆਂ ਨੂੰ ਮੈਂ ਬਿਲਕੁਲ ਵੀ ਪ੍ਰਮੋਟ ਨਹੀਂ ਕਰਾਂਗਾ, ਕਿਉਂਕਿ ਮੈਨੂੰ ਬਿਲਕੁਲ ਵੀ ਅੱਛਾ ਨਹੀਂ ਲੱਗਦਾ ਕਿ ਕੋਈ ਇੱਦਾਂ ਦੇ ਨਸ਼ਿਆਂ ਵਾਲੇ ਗਾਣੇ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਕੋਈ ਸੁਣੇ। ਮੇਰੀ ਵਿਸ਼ ਦਿਲੋਂ ਇਹੀ ਹੈ ਕਿ ਹਰ ਜਿਹੜਾ ਸੰਗੀਤ ਨੂੰ, ਅੱਛੇ ਸੰਗੀਤ ਨੂੰ ਪਿਆਰ ਕਰਦਾ, ਉਹ ਵੀ ਇਹੀ ਕਹਿੰਦਾ ਕਿ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਔਰ ਚੰਗਾ ਸੰਗੀਤ ਸੁਣਨਾ ਚਾਹੀਦਾ, ਗਾਣਾ ਐਸਾ ਸੁਣੋ ਕਿ ਜਿਹੜੀ ਤੁਹਾਡੀ ਮਾਂ ਭੈਣ ਘਰ ਵਿੱਚ ਮਤਲਬ ਆਪਾਂ ਸਾਰੇ ਸੁਣ ਸਕੀਏ ਉਸ ਗਾਣੇ ਨੂੰ। ਜੀ, ਸੂਫੀ ਨੂੰ ਕਹਿੰਦੇ ਕਿ ਰੱਬ ਨਾਲ ਮਿਲਣ ਦਾ ਇੱਕ ਕਹਿੰਦੇ ਵੀ ਰਾਹ ਹੈਗਾ ਸੂਫੀ ਦੇ ਜ਼ਰੀਏ। ਅਸੀਂ ਚਾਹੁੰਦੇ ਹਾਂ ਕਿ ਅੰਤ ਦੇ ਵਿੱਚ, ਆਖਿਰ ਦੇ ਵਿੱਚ ਇੱਕ ਵਾਰ ਕੁਝ ਫਿਰ ਸਾਡੇ ਦਰਸ਼ਕਾਂ ਦੇ ਲਈ ਹੋ ਜਾਏ ਕਿ ਕੁਛ ਵੀ ਸੂਫੀਆਨਾ ਕੁਛ ਹੋ ਜਾਵੇ। ਜੀ ਬਿਲਕੁਲ। ਯਾਰ ਮਿਲੇ ਲਜ ਪਾਲ ਮਿਲੇ ਤਦ ਯਾਰੀ ਲਾਵਣ ਚਸੀ ਹੈ ਕਾਫਿਰ ਹੈ ਜਿਹੜਾ ਲਾ ਕੇ ਯਾਰੀ ਪਿੱਛੋਂ ਆਖੇ ਮੇਰੀ ਬਸ ਹੈ ਜੇ ਸਿਰ ਦਿੱਤਿਆਂ ਸੋਹਣਾ ਯਾਰ ਮਿਲੇ ਫਿਰ ਸਿਰ ਦੇਵਣ ਕੀ ਕਸੀ ਹੈ ਸਿਰ ਦੇ ਮੀ ਤੇ ਵਫਾ ਨਾ ਮੰਗੀ ਇਹੋ ਪੀਰ ਫਰੀਦ ਦਾ ਦਸੀ ਹੈ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ ਰੱਬ ਬਣ ਜਾਂਦਾ ਯਾਰ ਨੂੰ ਮਨਾਉਣਾ ਔਖਾ ਏ ਜੇ ਤੂੰ ਰੱਬ ਨੂੰ ਮਨਾਉਣਾ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ ਏ ਬਣ ਕੰਜਰੀ ਤੂੰ ਬੁੱਲੇ ਵਾਂਗੂ ਘੁੰਗਰੂ ਤੂੰ ਪਾ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ ਏ ਜੇ ਤੂੰ ਰੱਬ ਨੂੰ ਮਨਾਉਣਾ। ਥੈਂਕ ਯੂ। ਬਿਲਕੁਲ। ਐਸਾ ਸਾਡੇ ਨਾਲ ਜਸਵਾਲੀ ਪਿੰਡ ਦੇ ਰੋਹਿਤ ਜੀ, ਜਿਹਨਾਂ ਨੇ ਆਪਣੀ ਮਿਹਨਤ ਸਦਕਾ ਕਈ ਵੱਡੇ ਮੁਕਾਮਾਂ ਨੂੰ ਹਾਸਿਲ ਕੀਤਾ, ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਅੱਜ ਕੱਲ੍ਹ ਗੀਤ ਜਾਂ ਅੱਜ ਕੱਲ੍ਹ ਦੇ ਗਾਇਕ ਹੈ ਜਿਹੜੇ ਉਹ ਨਸ਼ਿਆਂ ਨੂੰ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ, ਅਜਿਹੇ ਗਾਣੇ ਉਹਨਾਂ ਨੂੰ ਨਹੀਂ ਗਾਣਾ ਚਾਹੀਦੇ। ਅਜਿਹੇ ਗਾਣੇ ਉਹਨਾਂ ਨੂੰ ਚੂਜ਼ ਕਰਨੇ ਚਾਹੀਦੇ ਆ ਜੋ ਸਾਡੀ ਨੌਜਵਾਨ ਪੀੜ੍ਹੀ ਦੇ ਲਈ ਇੱਕ ਵਧੀਆ ਸੁਨੇਹਾ ਲੈ ਕੇ ਆਉਣ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।